नवराज सिंह होना ने जिहड़ा कानूनी नुक्ता सी उह सारिआं दे सामणे रख ही दित्ता। हाँ जी, क्योंकि बड़े चिर दे पिछे पए होए आ भी किसे ना किसे तरह इन्हां नूं कोई खुशी मिले, किसे पासों को राहत मिले। हाँ जी, असल च जे थोड़ा जिहा पछाण वेख्या जावे जाके तां आप ही इन्हां ने इह पहलां कहिंदे हुंदे सीगे कि तुसीं ते जिहड़े चुंझ ज्ञानी आ जदों क्लासां आपणे पिंडां दे विच लगदे छोटे छोटे बच्चिआं नूं लै के प्रचारक बैठदे सी। बिल्कुल जी, फिर उदों तां इन्हां ने बहुता कोई खतरा नहीं समझिआ अपने आप लई। हाँ जी, फिर इन्हां ने की कीता कि विरोध करना शुरू कीता, अगे बह बह के हुल्लड़बाजी शुरू कीती ते लोकां ने उथों फड़ के भी बाहर कढ़िया इन्हां नूं। हाँ जी, फिर इन्हां दा जिहड़ा हथियार सीगा कि किसे दे गल पैणा। हाँ जी, फिर इन्हां ने जदों उहदी वरतों कीती ते जिहड़े सच नूं सुणन वाले सी ते उन्हां ने भी अगों घसुण मुक्की चलाई इन्हां वल। बिल्कुल ठीक आ, ते फिर इह डर के ते हुण कानून वाले पासे नूं दौड़े। हाँ जी, ਇਹ ਕੇਵਲ ਇੱਥੇ ਨਹੀਂ ਆ, ਇਹ ਵਿਦੇਸ਼ਾਂ ਵਿੱਚ ਵੀ ਇਹ ਸਾਰਾ ਕੁਝ ਕਰਕੇ ਵੇਖ ਹਟੇ ਆ, ਸਾਰੇ ਜਿੰਨੇ ਹੱਥ ਕੰਡੇ ਸੀ ਇਹਨਾਂ ਦੇ ਅਪਣਾ ਚੁੱਕੇ ਆ। ਬਿਲਕੁਲ, ਤੇ ਹੁਣ ਜਿਹੜਾ ਇਹ ਰਾਹ ਵਿਖਾ ਰਹੇ ਆ ਵੀ ਕੁੱਟਮਾਰ ਤੋਂ ਗਲ ਪੈਣ ਤੋਂ ਬਾਅਦ, ਹਾਂਜੀ, ਵੀ ਥਾਣਿਆਂ ਕਚਹਿਰੀਆਂ ਵਾਲਾ, ਹਾਂਜੀ, ਇਹ ਤਾਂ ਆਪਣੇ ਵੱਲੋਂ ਹੀ ਢਿੱਲ ਸੀ, ਇਹਨਾਂ ਵੱਲੋਂ ਤੇ ਕੋਈ ਨਹੀਂ ਆ। ਹਾਂਜੀ, ਤੇ ਇਹ ਕੁੱਟਮਾਰ ਵਾਲੀ ਗੱਲ ਜਿਹੜੀ ਆ ਮੈਂ ਇੱਕ ਸਿਰਫ ਉਦਾਹਰਨ ਦੇ ਕੇ ਤੇ ਇੱਥੇ ਸਮਾਪਤੀ ਕਰ ਦੇਣੀ ਆ ਆਪਣੀ ਗੱਲ ਦੀ। ਹਾਂਜੀ, ਕਿ ਲਗਭਗ 5 ਸਾਲ ਪਹਿਲਾਂ ਇਹੋ ਹੀ ਜਿਹੜਾ ਗੁਰਪਾਲ ਸਿੰਘ ਹੰਸਰਾ ਅਮਰੀਕਾ ਵਾਲਾ, ਹਾਂਜੀ, ਇਹਨੇ ਕੁਛ ਲੋਕਾਂ ਨੂੰ ਚੁੱਕਣਾ ਦੇ ਕੇ ਜਾਂ ਪਿੱਛੋਂ ਫੰਡਿੰਗ ਕਰਕੇ ਤੇ ਇਹਨੇ ਤੁਹਾਡੇ ਦੀਵਾਨ ਰੋਕਣ ਵਾਸਤੇ ਪੂਰੀ ਇੱਕ ਵਾਰੀ ਜ਼ੋਰ ਲਾ ਕੇ ਦੇਖ ਲਿਆ। ਲਾਇਆ, ਬਿਲਕੁਲ ਠੀਕ। ਤੇ ਉਹਦੇ ਵਿੱਚ ਇੱਕੋ ਉਦਾਹਰਨ ਆ ਕਿ 2015 ਦੇ ਵਿੱਚ ਜੁਲਾਈ 30-31 ਨੂੰ ਜ਼ਿਲ੍ਹਾ ਮੋਹਾਲੀ ਦੇ ਵਿੱਚ ਇੱਕ ਪਿੰਡ ਪੈਂਦਾ ਸਿੰਬਲ ਮਾਜਰਾ। ਹਾਂਜੀ, ਤੇ ਉੱਥੇ ਇਹ 2 ਦਿਨ ਦਾ ਗੁਰਮਤਿ ਸਮਾਗਮ ਸੀ। ਹਾਂਜੀ, ਤੇ ਉਹ ਪਿੰਡ ਵਾਲੇ ਨੌਜਵਾਨ ਜਿਹੜੇ ਉਹ ਹੀ ਦੱਸਦੇ ਆ ਕਿ ਸਾਡੇ ਪਿੰਡ ਦੇ ਵਿੱਚ ਕਦੇ ਗੁਰਮਤਿ ਸਮਾਗਮ ਅੱਜ ਤੱਕ ਹੋਇਆ ਹੀ ਨਹੀਂ ਉਹਨਾਂ ਦੀ ਹੋਸ਼ ਦੇ ਵਿੱਚ। ਬਿਲਕੁਲ ਠੀਕ ਆ। ਤੇ ਉਹਨਾਂ ਨੇ ਪ੍ਰੋਫੈਸਰ ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਨੂੰ ਸਮਰਪਿਤ ਇਹ 2 ਦਿਨ ਦਾ ਜਿਹੜਾ ਸਮਾਗਮ ਰੱਖਿਆ ਤੇ 30 ਤਰੀਕ ਨੂੰ ਮੇਰਾ ਖਿਆਲ ਆ ਕਿ ਉਹਦੇ ਵਿੱਚ ਬਹਾਦਰ ਸਿੰਘ ਢਪਾਲੀ ਤੇ ਹਰਜੀਤ ਸਿੰਘ ਉਹਨਾਂ ਨੇ ਵਿਚਾਰਾਂ ਕੀਤੀਆਂ। ਹਾਂਜੀ, ਤੇ 31 ਜੁਲਾਈ ਨੂੰ ਫਿਰ ਤੁਹਾਡਾ ਟਾਈਮ ਸੀ ਉੱਥੇ। ਹਾਂਜੀ, ਤੇ ਤੁਸੀਂ ਅਜੇ ਵਿਚਾਰਾਂ ਕਰ ਰਹੇ ਸੀ ਤੇ ਉਧਰੋਂ ਇਹ ਵੀ 10-12 ਬੰਦੇ ਇਹਨਾਂ ਦੇ ਜਿਹੜੇ ਕਿ ਧਾਰਮਿਕ ਬਾਣੇ ਦੇ ਵਿੱਚ ਕਿਸੇ ਨੇ ਚੋਲਾ ਪਾਇਆ ਹੋਇਆ, ਕਿਸੇ ਨੇ ਨਿਹੰਗ ਬਾਣਾ ਪਾਇਆ ਹੋਇਆ, ਹੱਥਾਂ ਦੇ ਵਿੱਚ ਕਿਰਪਾਨਾਂ ਬਰਸ਼ੇ ਤੇ ਪਿੱਠਾਂ ਦੇ ਉੱਤੇ ਢਾਲਾਂ ਬੰਨੀਆਂ ਹੋਈਆਂ ਵੀ ਜਿਵੇਂ ਕੋਈ ਜੰਗ ਜਿੱਤਣ ਵਾਸਤੇ ਇੱਥੇ ਆਏ ਹੁੰਦੇ ਆ। ਹਾਂਜੀ, ਜੇ ਉਸ ਗੱਲ ਨੂੰ ਪਹਿਲਾਂ ਦੇਖਿਆ ਜਾਵੇ ਵੀ ਇਹ ਇਹਨਾਂ ਦਾ ਅਖੀਰਲਾ ਹਥਿਆਰ ਸੀ। ਬਿਲਕੁਲ, ਕਿਉਂਕਿ ਇਹਦੇ ਤੋਂ ਪਹਿਲਾਂ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਸਿੰਬਲ ਮਾਜਰੇ ਇਹ ਗੁਰਮਤਿ ਸਮਾਗਮ ਭਾਈ ਸਰਬਜੀਤ ਸਿੰਘ ਦਾ ਹੋ ਰਿਹਾ ਤਾਂ ਇਹਨਾਂ ਨੇ ਉਹ ਜਿਹੜੀਆਂ ਪਹਿਲਾਂ ਕੋਧੀਆਂ ਚਾਲਾਂ ਕਿ ਉਹਨਾਂ ਨੌਜਵਾਨਾਂ ਨੂੰ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੂੰ ਤੇ ਪੰਚਾਇਤ ਨੂੰ ਪਤਾ ਨਹੀਂ ਕਿੰਨਾ ਕੁ ਫੋਨ ਕਰ ਕਰਕੇ ਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ, ਡਰਾਵੇ ਦਿੱਤੇ ਕਿ ਜੇ ਉਹ ਇੱਥੇ ਪ੍ਰੋਗਰਾਮ ਤੇ ਆਇਆ ਤੇ ਅਸੀਂ ਇੱਥੇ ਪਤਾ ਨਹੀਂ ਕੀ ਕਰ ਦੇਣਾ। ਹਾਂਜੀ, ਫਿਰ ਇਹ ਪੁਲਿਸ ਤੱਕ ਵੀ ਗਏ। ਹਾਂਜੀ, ਤੇ ਜਦੋਂ ਪੁਲਿਸ ਨੇ ਪਿੰਡ ਵਾਲਿਆਂ ਨੂੰ ਪੁੱਛਿਆ ਉਹ ਕਹਿੰਦੇ ਮਸਾਂ ਦਾ ਸਾਡੇ ਪਿੰਡ ਗੁਰਮਤਿ ਸਮਾਗਮ ਹੋਣ ਲੱਗਾ ਤੇ ਇਹ ਇਹਨਾਂ ਦਾ ਵਿੱਚ ਦਖਲ ਕਿੱਧਰੋਂ ਆ ਗਿਆ। ਬਿਲਕੁਲ ਸਹੀ ਗੱਲ। ਤੇ ਜਦੋਂ ਉਹਨਾਂ ਨੇ ਪੁੱਛ ਪੜਤਾਲ ਕੀਤੀ ਵੀ ਤੁਸੀਂ ਕਿੱਥੋਂ, ਤੇ ਕਹਿੰਦੇ ਜੀ ਅਸੀਂ ਜਗਰਾਉਂ ਲਾਗੋ ਆ। ਕਿੱਥੇ ਜਗਰਾਉਂ ਤੇ ਕਿੱਥੇ ਮੋਹਾਲੀ ਆ। ਹਾਂਜੀ, ਤੇ ਇਹ ਚਲੋ ਖੈਰ ਉਹ ਬੰਦੇ ਡਰੇ ਨੀ ਕਿਉਂਕਿ ਸਾਡੇ ਕੋਲ ਬਥੇਰਾ ਇਹਨਾਂ ਦਾ ਜਿਹੜਾ ਰਿਕਾਰਡ ਆ ਉਹ ਅਜੇ ਵੀ ਮੌਜੂਦ ਆ ਜੋ ਇਹਨਾਂ ਉਹਨਾਂ ਨੌਜਵਾਨਾਂ ਨੂੰ ਜਾਂ ਗੁਰਦੁਆਰੇ ਦੀ ਕਮੇਟੀ ਨੂੰ ਧਮਕੀਆਂ ਦਿੱਤੀਆਂ ਔਰ ਗੰਦੀ ਸ਼ਬਦਾਵਲੀ ਤੇ ਡਰਾਵੇ ਜਿਹੜੇ ਦਿੱਤੇ ਉਹ ਰਿਕਾਰਡਿੰਗ ਆਪਣੇ ਤੱਕ ਪਹੁੰਚਦੀ ਗਈ ਨਾਲ ਦੀ ਨਾਲ ਹੀ। ਹਾਂਜੀ, ਤੇ ਆਪਾਂ ਤੇ ਇਹੋ ਹੀ ਉਹਨਾਂ ਨੌਜਵਾਨਾਂ ਨੂੰ ਸਾਰਿਆਂ ਨੇ ਕਿਹਾ ਸੀਗਾ ਵੀ ਜੇ ਪੰਚਾਇਤ ਕਾਇਮ ਆ ਤੇ ਅਸੀਂ ਆਪਣਾ ਪ੍ਰਬੰਧ ਕਰਕੇ ਆਵਾਂਗੇ, ਬਾਕੀ ਤੁਸੀਂ ਜਿਹੜੇ ਉਹ ਸੁਚੇਤ ਰਹੋ। ਹਾਂਜੀ, ਤੇ ਉਹ ਗੱਲ ਹੋਈ ਤੇ ਇਹ ਅਖੀਰਲਾ ਜਿਹੜਾ ਹਥਿਆਰ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਪ੍ਰੋਗਰਾਮ ਰੁਕਣਾ ਨੀ ਤੇ ਇਹ ਫਿਰ 10-12 ਬੰਦੇ ਇਸ ਤਰ੍ਹਾਂ ਇਕੱਠੇ ਹੋ ਕੇ ਤੇ ਉੱਥੇ ਚੱਲਦੇ ਦੀਵਾਨ ਚ ਚਲੇ ਗਏ। ਉਦੋਂ ਲਗਭਗ ਕਥਾ ਦੀ ਸਮਾਪਤੀ ਸੀ ਤੇ ਤੁਸੀਂ ਆਨੰਦ ਸਾਹਿਬ ਪੜ੍ਹ ਰਹੇ ਸੀ ਜਦੋਂ ਇਹ ਬੰਦੇ ਆਣ ਕੇ ਤੇ ਬੈਠ ਗਏ, ਸਾਰਿਆਂ ਦਾ ਧਿਆਨ ਹੀ ਇਸ ਪਾਸੇ ਹੋ ਗਿਆ ਵੀ
सारा समागम खत्म हो गया ते ये बंदे जड़े आ वखरे ही नजर आ रहे आ भी ये केड़े काम आए आ। बिल्कुल सही गल। चलो खैर जदों समाप्ति हुई तो फटाफट उठ के ते अजे हुक्मनामा ही हो रहा सी ते विचे उठ के ते कोल आण के ते रौला पाउणा इहने शुरू कर दिता। हाँ जी कि साडे नाल विचार करो जी, साडे नाल विचार करो। आपां ते इहो ही कहा सीगा कोई गल नहीं विचार कर लैंदे आ, पर आ समागम तां समाप्ति हो लैण दो, ये तां हुक्मनामा हो लैण दो। हाँ जी। गुरु महाराज का स्वरूप जिहड़ा गुरुद्वारा साहब चलण दो। पर वो काले बड़े सीगे, सो उन्हां नगर वाले ने कहता भी तुसी बैठो ते समाप्ति हुंदी आ ते आपां तुहाडी गलबात देने आ भी करा देने आ। हाँ जी। पर ये बंदे काले सीगे, ये पिंड वाले ने कहा कि ये बंदे आ जिहड़े सन लगातार धमकियां दे रहे, तुसी जाओ। आपां नूं कह दिता कि तुसी जाओ, मैं भी नाल सी तुहाडे, हरमिंदर सिंह सीगे, पुष्पिंदर सिंह सीगे, गुरप्रीत सिंह, बहुत सारे अपने सज्जन नाल गए। बिल्कुल, क्योंकि आपां नूं भी पता सीगा भी इन्हां ने कोई रौला गोला पाउणा ते आपां अपना प्रबंध भी करके गए सीगे। हाँ जी। ते कुछ पुलिस वाले भी दो चार सज्जन उत्थे लगे हुए सी। हाँ जी। ते जदों ये आपां तां निकल आए तां ये पिंड वालिआं नाल उलझ पए। हाँ जी। ते जदों इन्हां ने अपना बाणे दा डरावा दिता, कृपाना दा, ढालां दा, ते ओह एक हवेली दे विच ही समागम हो रहा सी। हाँ जी। ते इन्हां ने कुछ माड़ा पिंड वालिआं नूं बोलता ते ओह नौजवान भी जिहड़े सीगे, आपां नूं ते इन्हां गल्लां दा बाद च पता लगा, जो भौड़े पे ही जो किसी हथ कही आई वह इन्हों चंगिया भराइया इन्होंने, तो इन्हों शायद गड्डी के शीशे भी उन्होंने तोड़ दिते, तो यह भज के गड्डी दे विच ते उथों इन्होंने अपने आप नूं बचाया। हाँ जी। ठीक है। फिर मेरा ख्याल है भी उस दिन रात नूं थोड़ा जिहा मींह भी पैंदा सी कि ते सानू जिहड़ा मूवी रिकॉर्ड करदा सीगा बंदा वीडियो, उन्हें दस दिता कि इधर भी पांच सत्त गड्डियां रस्ते च खलोतियां, तो तुसीं राह बदल के ते लुधियाने नूं चले जाओ। हाँ जी। वो आपां तां राह बदल के लुधियाने नूं आ गए, ते इह राह विच उह जिहड़ा सानूं सुनेहा मिलिया उहो ही उस नौजवान ने, उह मेरे ख्याल खन्ने दा सी, उहने पिंड वालिआं नूं ही दस्सता कि भाई साहब इधर नूं आ रहे आ, ते मैं वेख्या भी उत्थे पंज चार गड्डियां रस्ते विच खलोतियां होईआं उह राह रोकण वास्ते। हाँ जी। ते इधर रौला पै चुका सी, ते इहनां ने अनाउंसमेंट कर दित्ती कि जिहदे कोल जो कुछ भी हैगा उह फड़ो, ते आपां उहनां नूं जरा जा के ते देखीए भी उह किहड़े बंदे जिहड़े राह डक्कण वास्ते खलोते। हाँ जी। ते जिहदे जो हथ च आया उह लै के ते चले गए। ते अगे एक इन्हां दा जिहड़ा सूरमा, खास करके जिहड़े न्यूजीलैंड वाले बंदे आ उहदी बड़ी उदाहरण दिंदे आ, गुरलाल सिंह दंदमी टकसाल दा। सही गल, सही गल। उह हंसरे दे मतलब उंगल ते चढ़िया होया सी बंदा। हाँ जी। ਤੇ ਉਹ ਆਪਣਾ ਇੱਕ ਟੋਲਾ ਉੱਥੇ ਲੈ ਕੇ ਖਲੋਤਾ ਸੀ। ਤੇ ਉਹਨਾਂ ਨੇ ਪਿੰਡ ਵਾਲਿਆਂ ਨੇ ਫਿਰ ਇਹਨਾਂ ਨੇ ਕੁਛ ਕਿਹਾ, ਤੇ ਪਿੰਡ ਵਾਲਿਆਂ ਨੇ ਇਹਨਾਂ ਦੀ ਚੰਗੀ ਗਿੱਦੜ ਕੁੱਟ ਕੀਤੀ, ਤੇ ਨਾਲੇ ਗੱਡੀਆਂ ਵੀ ਲਗਭਗ ਸਾਰੀਆਂ ਇਹਨਾਂ ਦੇ ਸ਼ੀਸ਼ੇ ਸ਼ੂਸ਼ੇ ਭੰਨ ਦਿੱਤੇ। ਹਾਂਜੀ। ਤੇ ਇਹ ਜਿਹੜੇ ਦਲੇਰ ਏਡੇ ਗਏ ਸੀਗੇ, ਤੇ ਫਿਰ ਉੱਥੋਂ ਪੂਛ ਠਾਂ ਕਰਕੇ ਤੇ ਜਿਉਂ ਉੱਥੋਂ ਭੱਜੇ ਦੌੜੇ। ਦੌੜ ਆਏ ਹੁਣ ਇਹ ਜਿਹੜੇ ਇਸ ਤਰ੍ਹਾਂ ਦੇ ਝੂਠ ਫੈਲਾਉਂਦੇ, ਝੂਠ ਦੀਆਂ ਪੰਡਾਂ ਜਿਹਨਾਂ ਨੂੰ ਕਹਿ ਸਕਦੇ ਹਾਂ ਵੀ ਵੇਖੋ ਜੀ ਗੁਰਲਾਲ ਸਿੰਘ ਤੋਂ ਡਰ ਜਾਂਦੇ ਤੇ ਇਸ ਤਰ੍ਹਾਂ ਕਰ ਲੈਂਦੇ ਤੇ ਚੌਂਕੜੇ ਮਾਰ ਲੈਂਦੇ ਆ, ਉਹ ਚੰਗੀ ਤਰ੍ਹਾਂ ਸੁਣ ਲੈਣ। ਹਾਂ, ਸ਼ਾਇਦ ਹੋ ਸਕਦਾ ਕਿ ਉਹ ਕਿਤੇ ਰਿਕਾਰਡਿੰਗ ਵੀ ਸਾਡੇ ਕੋਲ ਪਈ ਹੋਵੇ ਮੇਰੇ ਫੋਨ ਦੀ। ਬਿਲਕੁਲ ਬਿਲਕੁਲ ਬਿਲਕੁਲ। ਆਪਾਂ ਕਾਲਜ ਆ ਗਏ, ਤੇ ਕਾਲਜ ਆਣ ਕੇ ਤੇ ਇਹਨੂੰ ਗੁਰਲਾਲ ਸਿੰਘ ਨੂੰ ਆਪਾਂ ਫੋਨ ਕੀਤਾ। ਬਿਲਕੁਲ। ਗੁਰਲਾਲ ਸਿੰਘ ਨੂੰ ਫੋਨ ਕੀਤਾ ਵੀ ਜਿਹੜਾ ਵੱਡਾ ਮਤਲਬ ਬਹਾਦਰ ਬਣਿਆ ਫਿਰਦਾ, ਵੀ ਤੂੰ ਸਾਨੂੰ ਉੱਥੇ ਜੋ ਲੱਭਣ ਗਿਆ ਤੇ ਇੱਥੇ ਕਾਲਜ ਹੀ ਆ ਜਾ, ਤੂੰ ਕਾਲਜ ਕੀ ਤੂੰ ਦੱਸ ਵੀ ਕਿੱਥੇ ਆਉਣਾ ਸੀ, ਉੱਥੇ ਆਉਣ ਨੂੰ ਤਿਆਰ ਆ। ਬਿਲਕੁਲ। ਤੇ ਅੱਗੋਂ ਇਹ ਰੋ ਰਿਹਾ ਵੀ ਮੈਨੂੰ ਤੇ ਐਵੇਂ ਕੁੱਟ ਦਿੱਤਾ, ਮੇਰੀਆਂ ਸਾਡੀਆਂ ਗੱਡੀਆਂ ਭੰਨ ਦਿੱਤੀਆਂ, ਐਡਾ ਨੁਕਸਾਨ ਕਰਤਾ, ਅਸੀਂ ਤੇ ਵੈਸੇ ਗੱਲ ਕਰਨ ਗਏ ਸੀਗੇ। ਹਾਲਾਂਕਿ ਉਹਦੇ ਵਿੱਚ ਸਾਡਾ ਕੋਈ ਇਸ ਤਰ੍ਹਾਂ ਦਾ ਇਰਾਦਾ ਨੀ ਕਿਸੇ ਦੀ ਗੱਡੀ ਭੰਨਣੀ ਜਾਂ ਕਿਸੇ ਦਾ ਨੁਕਸਾਨ ਕਰਨਾ। ਆਪਾਂ ਤੇ ਇਹ ਕਰਦੇ ਹੀ ਨਹੀਂ ਆ। ਬਿਲਕੁਲ। ਹਾਂ, ਅਸੀਂ ਇਸ ਮਸਲੇ ਚ ਆਉਂਦੇ ਨੀ, ਇਹ ਤੇ ਕਈ ਥਾਈਂ ਆਏ ਇਹ ਜਿਹੜੇ ਬੰਦੇ ਇਸ ਤਰ੍ਹਾਂ ਕਰਨ ਵਾਸਤੇ। ਹਾਂਜੀ। ਤੇ ਉਹ ਸਾਰੀਆਂ ਇਹਨਾਂ ਲੋਕਾਂ ਦੀਆਂ, ਉਹਨਾਂ ਦੀਵਾਨਾਂ ਦੀਆਂ ਆਪਣੇ ਕੋਲ ਵੀਡੀਓ ਵੀ ਪਈਆਂ। ਇੱਥੇ ਜਿਹੜਾ ਆਪਣੇ ਚੰਡੀਗੜ੍ਹ ਨੂੰ ਰਸਤੇ 'ਚ ਜਾਂਦੇ ਆ ਇੱਕ ਪਿੰਡ ਆ, ਮੈਂ ਪਿੰਡ ਦਾ ਨਾਂ ਨਾ ਹੀ ਲਵਾਂ ਤੇ ਚੰਗੀ ਗੱਲ ਆ। ਹਾਂਜੀ। ਉੱਥੇ ਵੀ ਇਹ 8-10 ਬੰਦੇ ਆਣ ਕੇ ਪਹਿਲਾਂ ਧਮਕੀਆਂ ਦਿੰਦੇ ਰਹੇ। ਹਾਂਜੀ। ਤੇ ਫਿਰ ਆਣ ਕੇ ਤੇ ਅੱਗੇ ਵਾਹਿਗੁਰੂ ਕਰਨਾ ਸ਼ੁਰੂ ਕਰ ਦਿੱਤਾ। ਹਾਂਜੀ। ਜਿੰਨੀ ਦੇਰ ਤਾਂ ਹੋਰ ਸੱਜਣ ਬੋਲਦਾ ਰਿਹਾ ਉਨੀ ਦੇਰ ਚੁੱਪ ਕਰਕੇ ਬੈਠੇ ਰਹੇ। ਤੇ ਜਦੋਂ ਤੁਸੀਂ ਅਜੇ ਮੰਗਲਾਚਰਨ ਸ਼ੁਰੂ ਹੀ ਕੀਤਾ ਤੇ ਉਦੋਂ ਇਹਨਾਂ ਨੇ ਅੱਗੇ ਵਾਹਿਗੁਰੂ ਕਰਨਾ ਸ਼ੁਰੂ ਕਰ ਦਿੱਤਾ। ਬਿਲਕੁਲ ਬਿਲਕੁਲ। ਉੱਥੇ ਵੀ ਪੁਲਿਸ ਸੀ ਤੇ ਨਗਰ ਵਾਲਿਆਂ ਨੇ ਹੱਥ ਵੀ ਜੋੜੇ ਇਹਨਾਂ ਅੱਗੇ
ਕਿ ਜੇ ਤੁਹਾਨੂੰ ਕਥਾ ਚੰਗੀ ਨਹੀਂ ਲੱਗਦੀ, ਵਿਚਾਰ ਚੰਗੇ ਨਹੀਂ ਲੱਗਦੇ ਤੇ ਤੁਸੀਂ ਨਾ ਸੁਣੋ, ਉੱਠ ਕੇ ਤੇ ਬਾਹਰ ਚਲ ਜਾਓ। ਹਾਂਜੀ, ਇਹ ਬੰਦੇ ਹੋਰ ਚੰਬੜ ਗਏ। ਫਿਰ ਉਹ ਪਿੰਡ ਵਾਲਿਆਂ ਨੇ ਜਿਸ ਤਰ੍ਹਾਂ ਹੀ ਇਹ ਵਾਹਗੁਰੂ ਵਾਹਗੁਰੂ ਕਰ ਰਹੇ ਸੀਗੇ, ਜਿਸ ਤਰ੍ਹਾਂ ਚੌਂਕੜੇ ਲੱਗੇ ਸੀਗੇ, ਹੁੱਲੜਬਾਜੀ ਕਰਦੇ ਸੀਗੇ ਬੰਦੇ ਵਿੱਚੋਂ, ਹਾਂਜੀ, ਉਵੇਂ ਹੀ ਚੁੱਕ ਕੇ ਤੇ ਜਦੋਂ ਬਾਹਰ ਨੂੰ ਖੜਨ ਲੱਗੇ ਤੇ ਫਿਰ ਕਹਿਣ ਸਾਨੂੰ ਹੱਥ ਨਾ ਲਾਇਓ, ਸਾਡੇ ਬੇਅਦਬੀ ਹੋ ਜਾਣੀ ਦਸਤਾਰ ਦੀ, ਆਹ ਹੋ ਜਾਣਾ, ਜੇ ਹੋ ਜਾਣਾ। ਫਿਰ ਇਹ ਜਿਹੜੇ ਆ ਨਾ, ਹੁਣ ਜਦੋਂ ਅੱਗੋਂ ਘਸੁੰਨ ਪਿਆ ਵਾ ਤੇ ਹੁਣ ਇਹ ਹੰਸਰੇ ਵਰਗੇ ਹੋਰ ਨਾ ਕੱਠ ਪੁਤਲੀਆਂ ਨੂੰ ਅੱਗੇ ਨਚਾ ਕੇ ਪਿੱਛੋਂ ਫੰਡਿੰਗ ਕਰਕੇ, ਬਿਲਕੁਲ ਬਿਲਕੁਲ, ਤੇ ਹੁਣ ਹੁਣ ਕਾਨੂੰਨੀ ਰਾਹ ਲੱਭ ਰਿਹਾ ਵੀ ਕਿਸੇ ਤਰ੍ਹਾਂ ਇਹਨਾਂ ਨੂੰ ਬੰਦ ਕਰਾਇਆ ਜਾਵੇ। ਹਾਂਜੀ, ਪਰ ਪੰਜਾਬੀਆਂ ਦਾ ਜਿਵੇਂ ਅਖਾਣ ਬੜੇ ਵਧੀਆ ਇਸੇ ਕਰਕੇ ਬਣੇ ਹੋਏ ਆ, ਬਿਲਕੁਲ ਹਕੀਕਤ ਦੇ ਨੇੜੇ ਆ, ਵੀ ਚਾਹੇ ਸਰਾਣੇ ਸੌ ਤੇ ਭਾਵੇਂ ਪੈਂਦੇ ਸੌ ਤੇ ਲੱਕ ਵਜਕਾਏ ਆਉਣਾ, ਲੱਕ ਵਜਕਾਏ ਆਉਣਾ, ਬਿਲਕੁਲ ਸਹੀ। ਹਾਂਜੀ, ਤੇ ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਆ, ਇੱਕੋ ਜਿਹੇ ਆ, ਬਿਲਕੁਲ ਬਿਲਕੁਲ ਸਹੀ ਗੱਲ। ਤੇ ਜੇ ਜੇ ਇਹੋ ਜਿਹੀਆਂ ਜਾਂਚਾਂ ਸਿਖਾ ਰਹੇ ਆ ਤੇ ਇਹ ਜਿਹੜੇ ਆ ਇਹ ਉਹਦੇ ਲਈ ਫਿਰ ਤਿਆਰ ਰਹਿਣ, ਜਿਵੇਂ ਐਡਵੋਕੇਟ ਨਵਰਾਜ ਸਿੰਘ ਹੋਣਾ ਦੱਸ ਹੀ ਦਿੱਤਾ ਵੀ ਜਿਵੇਂ ਇਹ ਝੂਠ ਬੋਲ ਰਿਹਾ ਵੀ ਇੰਨੇ ਪਰਚੇ ਅਸੀਂ ਦਰਜ ਕਰ ਦਿੱਤੇ ਆ, ਜਿਹੜੀਆਂ ਪਟੀਸ਼ਨਾਂ ਉਹਨਾਂ ਨੂੰ ਹੀ ਪਰਚੇ ਕਹੀ ਜਾਂਦੇ ਆ। ਇਹ ਗੁਰਜੰਟ ਸਿੰਘ ਜੀ, ਗੱਲ ਏਦਾਂ ਵੀ ਸਮਾਂ ਪਾ ਕੇ ਨਾ, ਜਦੋਂ ਇਹੋ ਜਿਹੇ ਫਸਦੇ ਹੁੰਦੇ, ਮੁੜ ਕੇ ਇਹਨਾਂ ਦੇ ਪਿੱਛੇ ਜਿਹੜੇ ਬਾਬੇ ਆ ਨਾ, ਸੰਪਰਦਾਵਾਂ, ਉਹਨਾਂ ਨੇ ਵੀ ਹੱਥ ਪਿਛਾਂ ਖਿੱਚ ਲੈਣਾ ਵੀ ਸਾਡਾ ਤੇ ਬੰਦਾ ਹੀ ਹੈ ਨੀ ਇਹ। ਜਿਹਨਾਂ ਬਾਰੇ ਨਾਲੇ ਇਹ ਕਹਿ ਰਿਹਾ ਨਾ ਜਿਹੜਾ ਪਟੀਸ਼ਨ ਕਰਤਾ ਕੇਸ ਕਰ ਰਿਹਾ ਵੀ ਮੇਰੀਆਂ ਭਾਵਨਾਵਾਂ ਜਿਹੜੀਆਂ ਵਾ ਉਹ ਭੜਕੀਆਂ, ਸਾਡੇ ਬਾਬਿਆਂ ਬਾਰੇ, ਸਾਡੇ ਡੇਰੇ ਬਾਰੇ ਬੋਲਿਆ। ਹਾਂਜੀ, ਉਹਨਾਂ ਦੀ ਇੱਕ ਸ਼ਾਖਾ ਲੁਧਿਆਣੇ ਆ, ਕਿਉਂਕਿ ਆਪਾਂ ਤਾਂ ਲੁਧਿਆਣੇ ਹੀ ਰਹਿੰਦੇ ਆ। ਬਿਲਕੁਲ, ਤੇ ਸਨ 2002 ਦੀ ਗੱਲ ਆ, ਸ਼ਾਇਦ ਹੁਣ ਕਈਆਂ ਨੂੰ ਚੇਤਾ ਆ ਹੀ ਜਾਵੇ। ਹਾਂਜੀ, ਤੇ ਉਹ ਵੀ ਮੇਰੇ ਖਿਆਲ ਜੂਨ ਦੀ ਗੱਲ ਆ, ਤੇ ਇਹਨਾਂ ਦੀ ਇੱਕ ਉੱਥੇ ਸ਼ਾਖਾ ਆ ਨਹਿਰ ਦੇ ਕੰਢੇ ਦੇ ਉੱਤੇ ਫਿਰੋਜ਼ਪੁਰ ਰੋਡ ਤੇ। ਹਾਂਜੀ, ਤੇ ਉੱਥੇ ਇਹਨਾਂ ਹੀ ਮਹਾਂਪੁਰਖਾਂ ਨੇ ਜਿਹੜੇ ਚਿੱਟੇ ਚੋਲੇ ਪਾ ਕੇ ਰੱਖਦੇ ਆ, ਮਾਲਾ ਫੜੀਆਂ ਤੇ ਅੱਖਾਂ ਮੀਟ ਕੇ ਰੱਖਦੇ ਆ। ਹਾਂਜੀ, ਇਹਨਾਂ ਨੇ ਇੱਕ ਨੌਜਵਾਨ ਲੜਕੀ ਨੂੰ ਉੱਥੇ ਅੰਦਰ ਵਾੜ ਲਿਆ ਆਪਣੇ, ਤੇ ਇਹ ਪੰਜ ਬੰਦੇ ਸਨ ਤੇ ਤਿੰਨ ਦਿਨ ਉਹ ਲੜਕੀ ਇਹਨਾਂ ਨੇ ਉੱਥੇ ਅੰਦਰ ਰੱਖੀ ਤੇ ਉਹਦਾ ਲਗਾਤਾਰ ਸ਼ੋਸ਼ਣ ਕਰਦੇ ਰਹੇ ਸਰੀਰਕ, ਤੇ ਉਹ ਲੜਕੀ ਕੁਦਰਤੀ ਕਿਤੇ ਬਾਰੀ ਖੁੱਲੀ ਤੇ ਦੂਜੇ ਪਾਸੇ ਬਿਜਲੀ ਜਿਹੜਾ ਬਿਜਲੀ ਘਰ ਆ ਉਹਨਾਂ ਦੀ ਇੱਕ ਕਲੋਨੀ ਆ, ਉਹ ਕਿਤੇ ਦੋ ਚਾਰ ਨੌਜਵਾਨ ਉੱਥੇ ਖਲੋਤੇ ਸੀਗੇ ਤੇ ਉਹਨੇ ਲੜਕੀ ਨੇ ਜ਼ੋਰ ਜ਼ੋਰ ਦੀ ਆਵਾਜ਼ਾਂ ਮਾਰੀਆਂ ਬਾਰੀ ਰਾਹੀਂ ਤੇ ਹੱਥ ਮਾਰੇ, ਤੇ ਉਹ ਫਿਰ ਪੁਲਿਸ ਨੂੰ ਨਾਲ ਲੈ ਕੇ ਆਏ ਤੇ ਇਹਨਾਂ ਦੇ ਉਹ ਪੰਜ ਬੰਦੇ ਫੜੇ ਗਏ, ਤੇ ਜਿਹੜਾ ਉਹ ਇਹਨਾਂ ਦੇ ਉਸ ਗੁਰਦੁਆਰਾ ਤੇ ਉਹਨੂੰ ਕੀ ਕਹਿ ਸਕਦੇ ਜਿੱਥੇ ਇਹ ਕੁਛ ਕਰ ਰਹੇ ਸੀਗੇ, ਉਹ ਮੁਖੀ ਕਹਿੰਦਾ ਕਿ ਮੇਰੀ ਤੇ ਲੱਤ ਦਾ ਆਪਰੇਸ਼ਨ ਹੋਇਆ, ਮੈਂ ਤੇ ਆਪਣੇ ਕਮਰੇ ਚੋਂ ਨੀ ਚਾਰ ਦਿਨ ਦਾ ਬਾਹਰ ਨਿਕਲਿਆ। ਹਾਂਜੀ ਹਾਂਜੀ, ਤੇ ਫਿਰ ਉਹਦੇ ਨਾਲ ਨਾਲ ਉਹ ਲੜਕੀ ਤੇ ਛਡਾਈ ਇਹਨਾਂ ਦੇ ਉੱਤੇ ਬਲਾਤਕਾਰ ਦੇ ਪੰਜਾਂ ਜਾਣਿਆਂ ਤੇ ਕੇਸ ਵੀ ਪਏ ਤੇ ਉੱਥੋਂ ਗੰਦੀਆਂ ਫਿਲਮਾਂ ਦੀਆਂ ਜਿਹੜੀਆਂ ਸੀਡੀਆਂ ਵੀ ਨਿਕਲੀਆਂ ਤੇ ਹੋਰ ਕਈ ਕੁਛ ਉੱਥੋਂ ਪੁਲਿਸ ਨੇ ਜਿਹੜਾ ਉਹ ਬਰਾਮਦ ਕੀਤਾ। ਤੇ ਜੋ ਕੁਝ ਇਹ ਕਰਦੇ ਆ, ਜੇ ਉਹ ਇਹਨਾਂ ਦੇ ਭਾਵਨਾਵਾਂ ਭੜਕਦੀਆਂ ਤੇ ਜੇ ਆਪਾਂ ਜਾ ਕੇ ਥਾਣਿਆਂ 'ਚ ਉਹ ਰੱਖਣਾ ਸ਼ੁਰੂ ਕਰ ਦਿੱਤਾ ਨਾ, ਇਹਨਾਂ ਦੇ ਬਾਬਿਆਂ ਦਾ ਮੂੰਹ ਵਿਖਾਉਣ ਮੁੜ ਕੇ ਜਗ੍ਹਾ ਨਹੀਂ ਮਿਲਣੀ ਜੇ ਅਸੀਂ ਇਹ ਰਾਹ ਤੁਰ ਪਏ ਤੇ, ਇਸੇ ਕਰਕੇ ਉਹ ਆਪ ਨੀ ਨਾ ਅੱਗੇ ਆ ਰਹੇ। ਬਿਲਕੁਲ ਬਿਲਕੁਲ, ਉਹਨਾਂ ਨੇ ਉਹ ਬੰਦੇ ਲਾਏ ਆ ਵੀ ਬਸ ਥੋੜੇ ਬਹੁਤੇ ਪੈਸੇ ਦੇ ਛੱਡੋ। ਹਾਂਜੀ, ਤੇ ਇਹੋ ਜਿਹਾ ਬੰਦਾ ਨਾ ਕਈ ਵਾਰ ਪਿੰਡ ਦੇ ਗੁਰਦੁਆਰੇ ਵੀ ਨੀ ਜਾਂਦਾ ਤੇ ਉਹ 150 ਕਿਲੋਮੀਟਰ ਉਹਨੂੰ ਉਹ ਡੇਰਾ ਦਿਖਦਾ ਵੀ ਉਹ ਬਾਬੇ ਦੇ ਖਿਲਾਫ਼ ਬੋਲ ਰਹੇ ਆ। ਸਹੀ ਗੱਲ, ਦੱਸੋ ਮੈਂ ਤਾਂ ਇਹੋ ਗੱਲ ਕਹਿਣੀ ਚਾਹੁੰਦਾ ਸੀ ਵੀ ਜਿਹੜਾ ਇਹ ਰਾਹ ਵਿਖਾ ਰਹੇ ਆ, ਪਹਿਲਾਂ ਇਹਨਾਂ ਨੇ ਸਾਰਾ ਕੰਮ ਕਰਕੇ ਦੇਖ ਲਿਆ ਤੇ ਹੁਣ ਇਸ ਪਾਸੇ ਨੂੰ ਤੁਰੇ ਆ, ਤੇ ਫਿਕਰ ਨਾ ਕਰੋ, ਤੇ ਭੱਜਦਿਆਂ ਨੂੰ ਜਿਹੜਾ ਵਾਹਣ ਆ ਉਹ ਇੱਕੋ ਜਿਹਾ ਹੀ ਹੁੰਦਾ ਫਿਰ। ਬਿਲਕੁਲ ਬਿਲਕੁਲ ਬਿਲਕੁਲ, ਤੇ ਨਾਲੇ ਜੇ ਉਹ ਮੰਨ ਲਓ ਕਿ ਜਿਹੜੀ ਉਹ ਖੁਸ਼ੀ ਲੈਣਾ ਚਾਹੁੰਦੇ ਆ ਵੀ ਪਰਚਾ ਦਰਜ ਹੋ ਜੂ, ਹਾਂਜੀ ਚਲੋ ਹੋ ਵੀ ਜਾਊ, ਤੇ ਚੰਗੀ ਗੱਲ ਆ। ਮੈਂ ਕਹਿੰਦਾ ਵੀ ਗੁਰਮਤ ਦੇ ਪੱਖ ਤੇ ਹੋ ਰਹੇ ਵੀ ਮਨਮਤ ਬਾਰੇ ਬੋਲਿਆ, ਕਿਸੇ ਬਲਾਤਕਾਰ ਬਾਰੇ ਤੇ ਨੀ ਪਰਚਾ ਹੋ ਰਿਹਾ। ਹਾਂ ਬਸ, ਪਰਚਾ ਇਹੋ ਹੀ ਕਰਾਇਆ ਵੀ ਸਾਡੀਆਂ ਭਾਵਨਾਵਾਂ ਭੜਕੀਆਂ, ਜੋ ਅਸੀਂ ਗੱਲ ਕੀਤੀ ਪਖੰਡੀਆਂ ਬਾਰੇ ਜੋ ਬੋਲਿਆ ਬੋਲਿਆ, ਇਹ 'ਚ ਕੋਈ ਸ਼ੱਕ ਨੀ ਆਪਾਂ ਨੂੰ। ਇਸ ਕਰਕੇ ਤਾਂ ਨੀ ਆਪਣੇ ਪੁਲਿਸ ਆਊ, ਕਿਉਂਕਿ ਇਹਨਾਂ ਵਾਂਗ ਅਰਦਾਸ ਕਰਦਿਆਂ ਹੀ ਇਹ ਮੁਖੀ ਇਹਨਾਂ ਦੇ ਲੜ ਪੈਂਦੇ ਆ, ਉਹ ਕਹਿੰਦਾ ਵੀ ਮੈਂ ਮੁਖੀ ਆ ਤੇ ਮੈਂ ਅਰਦਾਸ ਕਰਨੀ, ਦੂਜਾ ਕਹਿੰਦਾ ਮੈਂ ਮੁਖੀ ਆ ਮੈਂ ਅਰਦਾਸ ਕਰਨੀ, ਤੇ ਉੱਥੇ ਗੋਲੀਆਂ ਚੱਲ ਪੈਂਦੀਆਂ ਤੇ ਛਿੱਤਰੋ ਛਿੱਤਰੀ ਹੋ ਜਾਂਦੇ। ਇੱਥੇ ਤਾਂ ਸਾਧਾਂ ਦੇ ਬਲਾਤਕਾਰਾਂ ਦੇ ਕੇਸ ਹੁੰਦੇ ਆ, ਇੱਥੇ ਸਾਧਾਂ ਦੀਆਂ ਪੱਗਾਂ ਤੋਂ ਲੜਾਈਆਂ ਹੁੰਦੀਆਂ, ਜਿਵੇਂ ਉਹ ਕਲਮ ਦੀ ਹੁੰਦੀ ਨੀ ਗੁਲਾਬ ਦੀ ਕਲਮ, ਉਹ ਇੱਦਾਂ ਕੱਟ ਕੇ ਲਾ ਦਈਏ ਤੇ ਉਹ 5-7 ਲਗਰਾਂ ਨਿਕਲ ਆਉਂਦੀਆਂ, ਇੱਦਾਂ ਹੀ ਇੱਕ ਬਾਬਾ ਜਦੋਂ ਮਰਦਾ ਤੇ ਇੱਕ ਨੂੰ ਉਹ ਪੱਗ ਦੇ ਕੇ ਜਾਂਦਾ, 5-7 ਉੱਦਾਂ ਹੀ ਸਿਰ 'ਤੇ ਮੜਾਸੇ ਮਾਰ ਲੈਂਦੇ ਆ ਇਹਨਾਂ ਦੀਆਂ। ਤਾਂ ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਅਰਦਾਸਾਂ ਤੋਂ ਗੱਦੀਆਂ ਤੋਂ ਲੜਾਈਆਂ ਹੋ ਰਹੀਆਂ ਇਹਨਾਂ ਦੇ ਡੇਰਿਆਂ ਦੇ ਵਿੱਚ ਤਾਂ। ਬਿਲਕੁਲ ਬਿਲਕੁਲ ਜੀ,
ਤੇ ਬਾਕੀ ਕੋਈ ਗੱਲ ਨਹੀਂ ਆ ਜੀ, ਇਹ ਉਹ ਜੀਆਂ ਮੁਸ਼ਕਲਾਂ ਜਿਹੜੀਆਂ ਉਹ ਸੱਚ ਬੋਲਣ ਵਾਲਿਆਂ ਨੂੰ ਆਉਂਦੀਆਂ ਰਹਿੰਦੀਆਂ। ਆਪਾਂ ਡਟੇ ਹੋਏ ਆ, ਘਬਰਾਏ ਨੀ, ਇਹ ਬੜੇ ਚਿਰ ਦੇ ਇਹੋ ਜਿਹੇ ਜਿਹੜੇ ਯਤਨ ਆ ਉਹ ਲਗਾਤਾਰ ਕਰ ਰਹੇ ਆ। ਤੇ ਮੈਂ ਫੇਰ ਦੁਬਾਰਾ ਉਹ ਗੱਲ ਕਹਿੰਦਾ ਵੀ ਕੋਈ ਗੱਲ ਨੀ ਆ, ਚੰਗੀ ਗੱਲ ਆ, ਮਨ ਮਤ ਦੇ ਖਿਲਾਫ ਹੀ ਜਿਹੜਾ ਸਾਨੂੰ ਬੋਲਣ ਕਰਕੇ ਪਰਚਾ ਹੋਇਆ। ਬਿਲਕੁਲ ਬਿਲਕੁਲ, ਇਹ ਇਹਨਾਂ ਵਾਂਗ ਨੀ ਆ ਵੀ ਉਹ ਗੱਦੀਆਂ ਵਾਸਤੇ, ਪੱਗਾਂ ਵਾਸਤੇ ਤੇ ਜਾਂ ਜਨਾਨੀਆਂ ਦੇ ਮਸਲਿਆਂ ਦੇ ਵਿੱਚ ਨੀ ਕੇਸ ਹੋ ਰਹੇ। ਬਿਲਕੁਲ 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 ਸਹੀ ਗੱਲ। ਹਾਂਜੀ, ਇਹ ਸਨ ਗੁਰਜੰਟ ਸਿੰਘ ਜੋ ਸਾਡੇ ਨਾਲ ਵਿਚਾਰਾਂ ਸਾਂਝੀਆਂ ਕਰ ਰਹੇ ਸੀ, ਸਰੋਤਿਆਂ ਨੇ ਸੁਣ ਹੀ ਲਿਆ। ਕਿਉਂਕਿ ਵੇਖੋ ਇਹ ਇੱਦਾਂ ਦੇ ਹੱਥ ਕੰਡੇ ਇਹ ਲੋਕ ਵਰਤਦੇ ਆ ਜਿਨ੍ਹਾਂ ਦੇ ਕੋਲ ਹੋਰ ਕੋਈ ਰਾਹ ਤੁਹਾਨੂੰ ਦੱਸ ਹੀ ਦਿੱਤਾ। ਇਹ ਤਾਂ ਸਿਰਫ ਉਹਨਾਂ ਨੇ ਦੋ ਚਾਰ ਸਮਾਗਮਾਂ ਦੀ ਗੱਲ ਦੱਸੀ ਹੈ, ਇਸ ਤੋਂ ਵੱਧ ਉਮਰੀਆਣਾ ਦੀ ਜੇ ਗੱਲ ਕਰੀਏ, ਇੱਥੇ ਮਖੂ ਦੇ ਲਾਗੇ ਉਮਰੀਆਣਾ ਪਿੰਡ ਪੈਂਦਾ, ਉੱਥੇ ਸਾਡਾ ਸਮਾਗਮ ਸੀ ਅਤੇ ਉੱਥੇ ਵੀ 100-150 ਪੁਲਿਸ ਵਾਲੇ ਵੀਰ ਨਾਲ ਲੱਗੇ ਅਤੇ ਫਿਰ ਵੀ ਇਹ ਬੰਦੇ ਉੱਥੇ ਆ ਗਏ। ਮੇਰੇ ਖਿਆਲ ਪਿਛਲੇ ਸਾਲ 23 ਜੁਲਾਈ ਦਾ, ਜੇ ਮੈਂ ਨਹੀਂ ਮੈਨੂੰ ਡੇਟ ਭੁੱਲਦੀ ਤਾਂ 23 ਜੁਲਾਈ ਦੀ ਗੱਲ ਆ। ਇੰਟਰਨੈਟ 'ਤੇ ਤੁਸੀਂ ਉਹ ਵੀਡੀਓ ਵੀ ਵੇਖ ਸਕਦੇ ਹੋ। ਇਹ ਉਹ ਲੋਕ ਆ ਜਿਹੜੇ ਪਿੱਛੋਂ ਇੱਦਾਂ ਘੱਲਦੇ ਆ। ਅਤੇ ਬਾਕੀ ਗੱਲ ਰਹੀ ਵੀ ਇਹ ਲੋਬੀਆਂ ਸਾਰੇ ਕਿਸਮ ਦੀਆਂ, ਚਾਹੇ ਉਹ ਗੁਰਲਾਲ ਸਿੰਘ ਦੀ ਗੱਲ ਆ ਕਿ ਜਿਵੇਂ ਗੁਰਜੰਟ ਸਿੰਘ ਦੇ ਨਾਲ ਉਹਦੀ 10-15 ਮਿੰਟ ਗੱਲ ਹੋਈ ਅਤੇ ਸਾਨੂੰ ਇਹ ਪਤਾ ਵੀ ਇਹ ਬੰਦੇ ਪੱਕੇ ਹਰ ਬੰਦੇ ਦੀ ਫੋਨ ਦੀ ਰਿਕਾਰਡਿੰਗ ਕਰਦੇ ਆ, ਅਤੇ ਜੇ ਉਹਦੇ 'ਚ ਕੋਈ ਉਹੋ ਜਿਹੀ ਗੱਲ ਹੁੰਦੀ ਤਾਂ ਉਹਨੇ ਰਿਕਾਰਡਿੰਗ ਜੱਗ ਜ਼ਾਹਰ ਕਰ ਦੇਣੀ ਸੀ। ਜਿਹੜੇ ਆ ਬਾਹਰ ਬੈਠੇ ਨਿਊਜ਼ੀਲੈਂਡ ਵਾਲੇ ਉੱਠ ਕੇ ਗੱਲਾਂ ਕਰਦੇ ਨਾ ਵੀ ਇਹ ਦਬਕਾ ਮਾਰਿਆ ਇੱਦਾਂ ਹੋ ਗਿਆ, ਇਹਨਾਂ ਦਬਕਿਆਂ ਤੋਂ ਅਸੀਂ 22 ਸਾਲ ਤੋਂ ਨਾ ਡਰੇ ਹਾਂ ਅਤੇ ਨਾ ਡਰਨਾ ਵਾ। ਗੁਰਮਤ ਦੀ ਗੱਲ ਪਹਿਲਾਂ ਵੀ ਕਰਦੇ ਸੀ, ਗੁਰਲਾਲ ਵੀ ਜੇ ਸੁਣਦਾ ਹੋਵੇ ਤਾਂ ਉਹਦੇ ਨਾਲ ਮੇਰੀ 2 ਵਾਰ ਗੱਲ ਦਸਮ ਗ੍ਰੰਥ ਬਾਰੇ ਹੋਈ ਆ, ਅਤੇ ਜੇ ਉਹ ਫੋਨ ਦੀ ਰਿਕਾਰਡਿੰਗ ਪੱਕਾ ਕਰਦਾ, ਸਾਨੂੰ ਇਸ ਗੱਲ ਦਾ ਪਤਾ, ਉਹਨੇ ਜੱਗ ਜ਼ਾਹਰ ਕਰ ਦੇਣੀ ਸੀ ਜੇ ਉਹ ਉਸ ਉਹਦੇ ਵਿੱਚ ਜੇ ਕੋਈ ਗੱਲ ਇੱਦਾਂ ਦੀ ਹੋਈ ਹੁੰਦੀ। ਅਤੇ ਤੁਸੀਂ ਵੇਖੋ ਇੱਕ ਵਾਰੀ ਉਸ ਨਿਊਜ਼ੀਲੈਂਡ ਦੇ ਉਸ ਸਰਕਸ ਦੇ ਸ਼ੇਰ ਨਾਲ ਉਹਨੇ ਗੱਲ ਕੀਤੀ ਆ, ਅਤੇ ਵੇਖੋ ਉਹਨੇ ਕਿੱਦਾਂ ਵੀਡੀਓ ਵਾਇਰਲ, ਆਡੀਓ ਜਿਹੜੀ ਵਾਇਰਲ ਕੀਤੀ ਹੈ। ਅਤੇ ਇਸ ਕਰਕੇ ਸਾਨੂੰ ਦੱਸਣ ਦੀ ਲੋੜ ਨਹੀਂ ਹੈ, ਜਦੋਂ ਖੁਦ ਮੁਖਤਿਆਰੀ ਦੀ ਗੱਲ ਆਉਂਦੀ ਆ ਅਤੇ ਅਸੀਂ ਕਲੀਅਰ ਕਰਨਾ ਚਾਹੁੰਦੇ ਹਾਂ ਵੀ ਖੁਦ ਮੁਖਤਿਆਰੀ ਦਾ ਅਰਥ ਇਹ ਨਹੀਂ ਵੀ ਤੁਸੀਂ ਆਪਣੇ ਵਿਚਾਰ ਰੱਖੋ ਅਤੇ ਇੱਥੇ ਖੁਦ ਮੁਖਤਿਆਰ ਆ ਅਤੇ ਅਗਲਾ ਵਿਚਾਰ ਰੱਖੇ ਅਤੇ ਇਹ ਤੁਸੀਂ ਦੇਖੋ ਜੀ ਸਾਡੇ ਦੇ ਉੱਤੇ ਤੁਸੀਂ ਕਿੰਤੂ ਕਰਦੇ ਜੇ, ਸਾਡੀਆਂ ਭਾਵਨਾਵਾਂ ਭੜਕਾਉਂਦੇ ਜੇ, ਜਾਂ ਇਹ ਜੈਲਸੀ। ਅੱਛਾ, ਅਗਲਾ ਸੱਚ ਬੋਲੇ ਅਤੇ ਉਹ ਸੱਚ ਹੈ, ਜੇ ਦੂਜਾ ਸੱਚ ਬੋਲੇ ਅਤੇ ਉਹਦੇ ਵਿੱਚੋਂ ਤੁਸੀਂ ਜੈਲਸੀ ਦਾ ਨਾਂ ਦਿੰਦੇ ਹੋ। ਇਸ ਕਰਕੇ ਬੜੇ ਡੇਰੇਦਾਰ ਇੱਥੇ ਆਏ ਨੇ, ਬੜੇ ਡੇਰੇਦਾਰਾਂ ਨੇ ਇਸ ਲਹਿਰ ਨੂੰ ਮਤਲਬ ਲੀਓਂ ਲਾਉਣ ਦੀ ਕੋਸ਼ਿਸ਼ ਕੀਤੀ ਆ, ਪਰ ਨਹੀਂ, ਜੇ ਗੁਰਮਤ ਦੀ ਵਿਚਾਰ ਆ ਅਤੇ ਉਹ ਸੰਗਤਾਂ ਸਾਹਮਣੇ ਹਮੇਸ਼ਾ ਹੀ ਜਾਣੀ ਆ ਅਤੇ ਇਹਨੂੰ ਜਾਣ ਤੋਂ ਕੋਈ ਰੋਕ ਨਹੀਂ ਸਕਦਾ। ਇੱਦਾਂ ਦੇ ਬਹੁਤ ਹੱਥ ਕੰਡੇ ਪਹਿਲਾਂ ਵੀ ਵਰਤਦੇ ਰਹੇ ਆ, ਹੁਣ ਵੀ ਵਰਤਣਗੇ, ਅੱਗੇ ਵੀ ਵਰਤਣਗੇ, ਅਤੇ ਇਹਨਾਂ ਗੱਲਾਂ ਤੋਂ ਮੇਰੇ ਖਿਆਲ 'ਚ ਸਾਨੂੰ ਡਰਨ ਦੀ ਬਿਲਕੁਲ ਵੀ ਲੋੜ ਨਹੀਂ ਆ। ਆਪਣੀ ਗੱਲ ਅਸੀਂ ਪਹਿਲਾਂ ਵੀ ਗੁਰਬਾਣੀ ਦੀ ਰੋਸ਼ਨੀ ਵਿੱਚ ਕਰਦੇ ਰਹੇ ਹਾਂ, ਹੁਣ ਵੀ ਕਰਦੇ ਰਹਿਣਾ ਅਤੇ ਅੱਗੇ ਵੀ ਕਰਦੇ ਰਹਿਣਾ, ਕਿਉਂਕਿ ਇਹ ਡਰ ਉਹਨਾਂ ਨੂੰ ਹੁੰਦਾ। ਮਾਫ਼ ਕਰਨਾ, ਸਾਨੂੰ ਪਤਾ ਵੀ ਬਹੁਤ ਪੰਜਾਬ ਦੇ ਰਾਗੀ ਪ੍ਰਚਾਰਕ ਢਾਡੀ ਆ ਜਿਹੜੇ ਇਹਨਾਂ ਡੇਰਿਆਂ 'ਚ ਸ਼ਰੇਆਮ ਜਾਂਦੇ ਆ। ਮੇਰੀ ਤਾਂ ਕਈਆਂ ਰਾਗੀਆਂ ਦੇ ਨਾਲ ਵੀ ਇਸ ਵਿਸ਼ੇ 'ਤੇ ਬਹਿਸ ਹੋਈ ਹੈ। ਇੱਥੇ ਲੁਧਿਆਣੇ ਸ਼ਹਿਰ ਦੀ ਮੈਂ ਗੱਲ ਹੀ ਦੱਸਦਾ, ਜਿੱਥੇ ਹੁਣ ਅਸੀਂ ਇਸ ਵਕਤ ਬੈਠੇ ਹਾਂ, ਵੀ ਇੱਥੇ ਇੱਕ ਮੰਨਿਆ ਪ੍ਰਮੰਨਿਆ ਰਾਗੀ ਮੇਰੇ ਨਾਲ ਜਿੱਦਾਂ ਅਸੀਂ ਸਮਾਗਮ 'ਤੇ ਜਾ ਰਹੇ ਸੀ, ਬਹਿਸ ਪਿਆ, ਕਿਉਂਕਿ ਉਹ ਉਹਨਾਂ ਦਾ ਉਹਨਾਂ ਡੇਰਿਆਂ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਕਿਉਂਕਿ ਮੈਂ ਤਾਂ ਗੱਲ ਕਈ ਵਾਰੀ ਸਟੇਜਾਂ 'ਤੇ ਕਹਿ ਚੁੱਕਾਂ ਵੀ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧਿਆਂ ਨੇ ਪੰਜਾਬ ਦੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਪੰਜਾਬ ਦੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਅਤੇ ਚਾਹੀਦਾ ਸੀ ਵੀ ਹਰ ਪੰਜਾਬ ਦਾ ਕਿਸਾਨ ਪੰਜਾਬ ਦੇ ਪਿੰਡਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਦਿਨ ਮਨਾਉਂਦਾ ਸੀ, ਉਹਨਾਂ ਦੀ ਗੱਲ ਕਰਦੇ, ਆਪਣੇ ਬੱਚਿਆਂ ਨੂੰ ਦੱਸਦੇ ਕਿ ਇੱਦਾਂ ਦੇ ਸਾਡੇ ਕੌਮ ਦੇ ਬਾਦਸ਼ਾਹ ਹੋਏ ਆ ਜਿਨ੍ਹਾਂ ਨੇ ਕਦੀ ਰਾਜ ਦੀਆਂ ਗੱਲਾਂ ਕੀਤੀਆਂ ਨੇ, ਸੋਹਣਾ ਰਾਜ ਭਾਗ ਚਲਾਇਆ ਵਾ। ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਅਸੀਂ ਭੁੱਲ ਗਏ ਅਤੇ ਬਰਸੀਆਂ ਮਨਾਉਣੀਆਂ ਸ਼ੁਰੂ ਕਰਤੀਆਂ ਡੇਰਿਆਂ ਵਿੱਚ। ਮੈਂ ਤਾਂ ਗੱਲ ਪਹਿਲਾਂ ਵੀ ਕਹੀ ਸੀ ਕਿ ਪੰਜਾਬ ਦੇ ਤੁਸੀਂ ਡੇਰੇ ਦੱਸ ਦਿਓ ਜਿਨ੍ਹਾਂ ਡੇਰਿਆਂ 'ਚ ਕਦੀ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਇਹਨਾਂ ਯੋਧਿਆਂ ਦੇ ਕਦੀ ਦਿਨ ਮਨਾਏ ਗਏ ਹੋਣ। ਆਪਣੇ ਬਾਬਿਆਂ ਦੀਆਂ ਬਰਸੀਆਂ ਮਨਾਉਣ ਤੋਂ ਵਿਹਲ ਨਹੀਂ ਹੈ ਸਾਧਾਂ ਨੂੰ। ਇੱਕ ਬਾਬੇ ਦੀ ਬਰਸੀ ਮਨਾ ਕੇ ਹਟਦੇ ਆ ਅਤੇ ਦੂਜੇ ਬਾਬੇ ਦੀ ਵਾਰੀ ਆ ਜਾਂਦੀ ਆ, ਦੂਜੇ ਬਾਬੇ ਦੀ ਬਰਸੀ ਮਨਾ ਕੇ ਹਟਦੇ ਆ, ਤੀਜੇ ਦੀ ਵਾਰੀ ਆ ਜਾਂਦੀ ਆ। ਕਦੀ ਤੁਸੀਂ ਵੇਖੋ ਜਿਨ੍ਹਾਂ ਸਾਧਾਂ ਨੇ ਲੋਕਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕੀਤੇ ਉਹਨਾਂ ਦੀਆਂ ਬਰਸੀਆਂ ਮਨਾਈਆਂ ਜਾ ਰਹੀਆਂ ਨੇ, ਅਤੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧੇ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਸਿਰ ਉੱਚਾ ਚੁੱਕ ਕੇ ਜ਼ਿੰਦਗੀ ਜਿਉਣ ਦੀ ਤਾਕਤ ਬਖਸ਼ਿਸ਼ ਕੀਤੀ ਸਵੈ ਮਾਣ ਅਣਖ ਨਾਲ, ਉਹਨਾਂ ਦਾ ਨਾਮ ਹੀ ਸਾਡੇ ਬੱਚਿਆਂ ਨੂੰ ਭੁੱਲ ਗਿਆ। ਤੋ ਇਹ ਸੰਗਤਾਂ ਨੇ ਵੀ ਹੁਣ ਵਾਸਤੇ ਇੱਕ ਚੁਣੌਤੀ ਦਾ ਸਮਾਂ ਵਾ, ਅਸੀਂ ਵੇਖਣਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਕਿੱਡੀਆਂ ਵੱਡੀਆਂ ਚੁਣੌਤੀਆਂ ਸਾਡੇ ਸਾਹਮਣੇ। ਇੱਕ ਬੰਨੇ ਵੇਖੋ ਹੁਣ, ਚਾਹੇ ਉਹ ਦਸਮ ਗ੍ਰੰਥ ਦੀ ਗੱਲ ਹੈ, ਬਚਿੱਤਰ ਨਾਟ ਦੀ ਗੱਲ ਹੈ, ਇਹ ਤਾਂ ਸਾਡੇ ਸਾਹਮਣੇ ਪਿਆ,
पर इस तों बिना तुसीं वेखो भी खतरनाक वह लोग किन्ने ने जिहड़े गुरु ग्रंथ साहिब दे बराबर अपनियां गद्दियां ला के पैरां ते मत्थे टका रहे आ, जिहड़े शरेआम गुरु ग्रंथ साहिब महाराज जी दे सिधांत नूं चैलेंज कर रहे आ। तो साध संगत जी, जागण दी लोड़ आ, सुचेत होण दी लोड़ आ, अपने फर्जां तों जाणू होण दी लोड़ आ। तो घबराउण दी लोड़ नहीं, इह गल असीं अज दा इह प्रोग्राम तां असीं तुहाडे सामने लै के आए हाँ भी इहदे नाल साडा कोई मनोबल नहीं डिगदा, असीं तगड़े हुंदे आ जदों इदां दी घटना वापरदी आ, ते इहदे नाल साडा मनोबल होर वधदा वा भी इह इदां वी सगों सानूं तुसीं राह सिखाता। असीं वीर नवराज सिंह नाल पक्की गल कर लईए भी वेखो कल नूं किते कोई भी घटना वापर सकदी है, किसे वी साडे वीर नूं तुसीं उलझाउण दी कोशिश करदे हो। ते इह गल मैं दसणा चाहुंदा, इहनां जिहड़े डेरेदार दे इहो जिहे पैरोकार लोक इहो जिहा कम्म करदे आ, ਭਾਈਦਿਆਂ ਨੂੰ ਵਾਹਣ ਇੱਕੋ ਜਿਹਾ, ਹੁਣ ਜੇ ਤੁਸੀਂ ਇਸ ਰਾਹ ਪੈ ਜੇ ਤਾਂ ਆਪਣੇ ਬਾਬਿਆਂ ਨੂੰ ਜ਼ਰੂਰ ਪੁੱਛ ਲਿਓ ਵੀ ਕੱਲ੍ਹ ਨੂੰ ਤੁਹਾਡੇ ਮਗਰ ਆਉਣ ਲਈ ਤਿਆਰ ਹੋਣਗੇ ਵੀ ਜੇ ਇੱਦਾਂ ਦਾ ਤੁਸੀਂ, ਕਿਉਂਕਿ ਇਹ ਗੱਲ ਪੱਕੀ ਵੀ ਸਾਨੂੰ ਕੋਈ ਵੀ ਪਛਤਾਵਾ ਨਹੀਂ ਹੁੰਦਾ, ਅਸੀਂ ਆਪਣੀ ਗੱਲ 'ਤੇ ਅੱਜ ਵੀ ਅੜੇ ਹਾਂ ਜਿਹੜੀ ਗੱਲ ਗੁਰੂ ਦੇ ਸਿਧਾਂਤ ਦੀ ਆ, ਪਹਿਲਾਂ ਵੀ ਉਂਝ ਕਹਿੰਦੇ ਹਾਂ ਅਤੇ ਹੁਣ ਅੱਗੇ ਵੀ ਕਹਿੰਦੇ ਰਹਿਣਾ, ਕਿਉਂਕਿ ਸਾਡਾ ਜਿਹੜਾ ਗੁਰ ਮਿਸ਼ਨਰੀ ਕਾਲਜਾਂ ਦਾ ਇੱਕ ਮਿਸ਼ਨ ਵਾ ਵੀ ਅਸੀਂ ਗੁਰਬਾਣੀ ਦੇ ਸਿਧਾਂਤ ਦੀ ਗੱਲ ਕਰਦੇ ਹਾਂ, ਅਤੇ ਸਾਨੂੰ ਪੱਕਾ ਪਤਾ ਵੀ ਦੇਹਧਾਰੀ ਜਿਹੜਾ ਗੁਰੂ ਡੰਬ ਆ ਉਹਨਾਂ ਨੂੰ ਇਹ ਗੱਲ ਪੱਕੀ ਚੁੱਭਦੀ ਆ।